अंकिता चोपड़ा। शुरू करते हैं आज की खबरों का सिलसिला। नमस्कार दोस्तों, आप देख रहे हैं सिटी हलचल, मैं हूं आपके साथ अशोक चोपड़ा। दर्जनों गांव को आपस में जोड़ने वाले उपमंडल नंगल के गांव एलग्रा में सवा नदी पर बने पुल को आवाजाही के लिए बंद किए लगभग 6 महीनों का समय बीत चुका है और इसी पुल के थोड़ी दूर बनाया गया अस्थाई मार्ग भी बरसात के कारण बंद हो चुका है, जिससे क्षेत्रवासियों की समस्याएं और बढ़ गई हैं। उधर नेशनल ग्रीन ट्रिब्यूनल ने पंजाब सरकार और प्रशासनिक अधिकारियों को सख्त आदेश जारी किए हैं कि दर्जनों गांव को जोड़ने वाला एलग्रा गांव से होकर गुजर रही सवा नदी पर बना पुल आखिर बंद होने का कारण क्या रहा, इसकी रिपोर्ट 28 अगस्त से पहले पहले तैयार कर भेजने के आदेश भी जारी किए हैं। इन्हीं आदेशों के तहत पंजाब सरकार और प्रशासनिक अधिकारियों की एक टीम गांव एलग्राम में इस पुल पर पहुंची और ग्रामीणों से जानकारी प्राप्त कर इसकी रिपोर्ट तैयार करने की प्रक्रिया भी शुरू कर दी। हालांकि जब पत्रकारों की टीम ने मौके पर पहुंचे अधिकारियों से बातचीत करने का प्रयास किया तो उन्होंने पत्रकारों से साफ शब्दों में बात करने से इनकार कर दिया। पहले देखें यह तस्वीरें, फिर सुनाते हैं क्या कहा ग्रामीणों ने। इस मुद्दे को लेकर क्या कहा बीते लंबे समय से अपनी आवाज बुलंद करते आ रहे एडवोकेट विशाल सैनी ने पहले जेस ने ਤੁਹਾਨੂੰ ਸਾਰੇ ਨੂੰ ਪਤਾ ਜਿਹੜਾ ਇਹ ਪੁਲ ਸੀਗਾ 22 ਦਸੰਬਰ ਨੂੰ ਬੰਦ ਹੋਇਆ ਸੀ। 22 ਦਸੰਬਰ ਤੋਂ ਲੈ ਕੇ ਅੱਜ ਤੱਕ ਇੱਕ ਵੀ ਪੰਜਾਬ ਸਰਕਾਰ ਦਾ ਅਧਿਕਾਰੀ ਜਾਂ ਕੋਈ ਮੰਤਰੀ ਜਾਂ ਕੋਈ MLA ਇਸ ਪੁਲ ਤੇ ਨਹੀਂ ਆਇਆ। ਆਖਿਰ ਅੱਜ ਕਿਉਂ ਆਣਾ ਪਿਆ? ਇਹਦੇ ਪਿੱਛੇ ਬਹੁਤ ਵੱਡਾ ਕਾਰਨ ਹੈ। ਪਹਿਲਾਂ ਸਾਨੂੰ ਬੁਲਾਇਆ ਕਿ ਇੱਥੇ 9 ਵਜੇ ਮੀਟਿੰਗ ਹੈ, ਅੱਜ ਦੀ ਗੱਲ ਹੈ। ਜਦੋਂ ਅਸੀਂ 9 ਵਜੇ ਵਰਦੇ ਮੀਂਹ 'ਚ ਆਏ ਤਾਂ ਕਿਆ ਹੋਇਆ ਕਿ ਸਾਨੂੰ ਕਹਿਤੇ ਕਿ ਮੀਟਿੰਗ ਰੱਦ ਹੋ ਗਈ। ਚਲੋ ਅਸੀਂ ਆਪਣੇ ਕੰਮ 'ਤੇ ਚਲੇ ਗਏ। ਫਿਰ 1-1.5 ਵਜੇ ਫੋਨ ਆਇਆ ਕਿ ਬਈ ਸਾਰਾ ਜਿੰਨਾ ਅਮਲਾ ਹੈ ਉਹ ਸਾਰਾ ਇੱਥੇ ਪਹੁੰਚਿਆ ਹੋਇਆ, ਪੰਜਾਬ ਸਰਕਾਰ ਦੇ ਬੰਦੇ ਅਤੇ ਜਿਹੜੇ ਸਾਡੇ ਪ੍ਰਸ਼ਾਸਨ ਅਧਿਕਾਰੀ ਹੈ ਇੱਥੇ ਪੁੱਜੇ ਹੋਏ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਸਭ ਤੋਂ ਜਿਹੜੀ ਇੰਪੋਰਟੈਂਟ ਗੱਲ ਉਹ ਮੈਂ ਤੁਹਾਨੂੰ ਦੱਸਣਾ ਚਾਹੁੰਦਾ, ਸਾਡੇ ਵੱਲੋਂ ਬੜੀਆਂ ਦਰਖਾਸਤਾਂ ਭੇਜੀ ਗਈਆਂ ਸੀ, NGT ਨੂੰ ਵੀ ਭੇਜੀਆਂ ਸੀ, ਨਾਲ ਜਿਹੜੀਆਂ ਸਾਡੀਆਂ ਕਟਿੰਗ ਅਖਬਾਰਾਂ ਦੀ ਸੀ ਉਹ ਵੀ ਨਾਲ ਭੇਜੀਆਂ ਸੀ, ਅਸੀਂ PMO ਦਫ਼ਤਰ ਵੀ ਭੇਜੀਆਂ ਸੀ, CMO ਦਫ਼ਤਰ ਵੀ ਭੇਜੀਆਂ। ਲਾਸਟ ਦੇ ਵਿੱਚ NGT ਨੇ ਇੱਕ ਸੂਓ ਮੋਟੋ ਐਕਸ਼ਨ ਹੁੰਦਾ, ਉਹਨਾਂ ਨੇ ਆਪਣੇ ਆਪ ਸੂਓ ਮੋਟੋ ਐਕਸ਼ਨ ਲਿਆ। ਉਹਦੇ ਵਿੱਚ ਉਹਨਾਂ ਨੇ ਸੰਮਣ ਕੀਤਾ ਪੰਜਾਬ ਪੋਲੂਸ਼ਨ ਕੰਟਰੋਲ ਬੋਰਡ ਨੂੰ, ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ, ਮਿਨਿਸਟਰੀ ਆਫ ਇਨਵਾਇਰਮੈਂਟ, ਡਿਪਟੀ ਕਮਿਸ਼ਨਰ ਰੂਪਨਗਰ, ਔਰ ਉਹਨਾਂ ਨੇ ਡਾਇਰੈਕਸ਼ਨ ਦਿੱਤੀ ਹੈ ਜਿਹੜੇ ਸੈਂਟਰਲ ਪੋਲੂਸ਼ਨ ਕੰਟਰੋਲ ਬੋਰਡ ਨੂੰ ਕਿ 28/8/2024 ਇੱਕ ਹਫ਼ਤੇ ਪਹਿਲਾਂ ਸਾਨੂੰ ਰਿਪੋਰਟ ਦਿੱਤੀ ਜਾਵੇ ਜਿਹੜਾ ਇਹ ਪੁਲ ਬੰਦ ਹੋਇਆ ਇਹ ਕਿਉਂ ਬੰਦ ਹੋਇਆ। ਹੁਣ ਇਹ ਜਿਹੜਾ ਕੇਸ ਹੈ ਇਸ ਟਾਈਮ ਪ੍ਰਿੰਸੀਪਲ ਬੈਂਚ 28/8/2024 ਨੂੰ ਪੈਂਡਿੰਗ ਹੈ, ਇੱਕ ਹਫ਼ਤੇ ਪਹਿਲਾਂ ਉਹਨਾਂ ਨੂੰ ਰਿਪੋਰਟ ਦੇਣੀ ਪੈਣੀ। ਅੱਜ ਤਾਂਹੀਓ ਸਾਰਾ ਜਿੰਨਾ ਪ੍ਰਸ਼ਾਸਨ ਸੀਗਾ ਅੱਜ ਐਲਗਰਾ ਪੁਲ 'ਤੇ ਪੁੱਜੇ ਹੋਏ ਸੀ, ਪਰ ਅਫਸੋਸ ਇਹ ਹੈ ਕਿ ਉਹਨਾਂ ਨੇ ਸਾਨੂੰ ਸੁਣਨਾ ਵਾਜਿਬ ਨਹੀਂ ਸਮਝਿਆ। ਮਤਲਬ ਸਥਾਨਕ ਲੋਕਾਂ ਨੂੰ ਨਹੀਂ ਸੁਣਿਆ, ਪ੍ਰਸ਼ਾਸਨ ਨੇ ਆਪਣੀ ਰਿਪੋਰਟਾਂ ਆਪਣੇ ਹਿਸਾਬ ਨਾਲ ਬਣਾ ਕੇ ਉਹ ਕੀਤੀਆਂ ਸਾਰੀਆਂ। ਐਕਚੁਅਲੀ ਪਹਿਲਾਂ ਤਾਂ ਸਾਨੂੰ 9 ਵਜੇ ਬੁਲਾ ਲਿਆ ਸੀਗਾ, ਉਹਨਾਂ ਨੇ ਦੇਖ ਲਿਆ ਕਿ ਇੱਥੇ ਰਸ਼ ਪੈ ਗਿਆ, ਓਬੀਅਸ ਹੈ
ਕਿੰਨੇ ਹੀ ਲੋਕ ਹੈ ਜਿਹੜੇ ਪੀ ਜੀ ਆਈ ਨੂੰ ਜਾਂਦੇ, ਕਿੰਨੇ ਨੂਰਪੁਰ ਦੇ ਲੋਕ ਨੰਗਲ ਨੂੰ ਆਉਂਦੇ, ਨੰਗਲ ਦੇ ਨੂਰਪੁਰ ਨੂੰ ਜਾਂਦੇ ਬੱਚੇ, ਸਟੱਡੀ ਬੇਸ ਲੈ ਲਓ ਚਾਹੇ ਇੰਪਲੋਇਮੈਂਟ ਬੇਸ ਲੈ ਲਓ, ਅੱਜ ਸਾਰਾ ਕੁਛ ਬੰਦ ਹੋ ਗਿਆ। 40 ਕਿਲੋਮੀਟਰ ਐਕਸਟਰਾ ਸਾਨੂੰ ਜਾਣਾ ਪੈਣਾ, ਇੱਕ ਡੇਲੀ ਬੱਸ ਜਾਂਦੀ ਹੈ ਪੀ ਜੀ ਆਈ ਨੂੰ ਜਿਹੜੀ ਹੁਣ ਫਿਲਹਾਲ ਬੰਦ ਹੈ, ਉਹਨਾਂ ਦਾ ਕਿੰਨਾ ਖਰਚਾ ਵੱਧ ਗਿਆ। ਅਤੇ ਉਸ ਤੋਂ ਬਾਅਦ 9 ਵਜੇ ਉਹਨਾਂ ਨੇ ਬੰਦ ਕਰਤਾ, 1:30 ਵਜੇ ਫਿਰ ਆਏ ਸੀਗੇ। ਐਕਚੁਅਲੀ ਕੀ ਸੀਗਾ ਉਹਨਾਂ ਦਾ ਮੇਨ ਕਾਰਨ ਹੈ ਕਿ ਹੁਣ ਐਨ ਜੀ ਟੀ ਦਿੱਲੀ ਦੇ ਵਿੱਚ ਬੈਠੀ ਹੈ, ਉਹਨਾਂ ਨੂੰ ਕੀ ਪਤਾ ਕਿ ਇਹ ਪੁਲ ਕਿੱਦਾਂ ਬੰਦ ਹੋਇਆ, ਜਦੋਂ ਸਾਡੀ ਪੰਜਾਬ ਸਰਕਾਰ ਨੂੰ ਨਹੀਂ ਪਤਾ ਕਿ ਇਹਦਾ ਬੰਦ ਹੋਣ ਦਾ ਕਾਰਨ ਕੀ ਹੈ। ਉਹਨਾਂ ਨੇ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੂੰ ਤਾਂਹੀਓ ਭੇਜਿਆ ਕਿ ਰਿਪੋਰਟ ਦਿਉ ਇਹਦਾ ਕਾਰਨ ਕੀ ਸੀਗਾ, ਮਾਈਨਿੰਗ ਹੈ ਜਾਂ ਕੋਈ ਹੋਰ ਹੈ। ਉਹਨਾਂ ਨੇ ਐਕਚੁਅਲੀ ਐਨ ਜੀ ਟੀ ਨੂੰ ਵੀ ਪਤਾ ਹੈ, ਹਰ ਰੋਜ਼ ਉਹ ਅਖਬਾਰਾਂ ਦੇ ਵਿੱਚ ਰਹਿੰਦੇ ਆ। ਉਸ ਤੋਂ ਬਾਅਦ ਚਲੋ 1:30 ਵਜੇ ਸਾਡੇ ਕੁਛ ਲੋਕਲ ਜਿਹੜੇ ਬੰਦੇ ਆ ਗਏ ਸੀ, ਉਹਨਾਂ ਨੇ ਕਿਹਾ ਜਿਹੜਾ ਪੁਲ ਬੰਦ ਹੋਇਆ ਸਿਰਫ ਮਾਈਨਿੰਗ ਦੀ ਪੇਂਟ ਕਰਕੇ, ਮਾਈਨਿੰਗ ਦੀ ਪੇਂਟ ਚੜਿਆ। ਐਨ ਜੀ ਟੀ ਦੀ ਟੀਮ ਸਪੈਸ਼ਲ ਪਹੁੰਚੀ ਸੀ ਅੱਜ ਇੱਥੇ, ਸਪੈਸ਼ਲ ਇੰਸਪੈਕਸ਼ਨ ਵਾਸਤੇ ਪਹੁੰਚੀ ਸੀ, ਕਿਉਂਕਿ ਐਨ ਜੀ ਟੀ ਦੀ ਟੀਮ ਨਹੀਂ ਸੀ, ਜਾਂ ਤਾਂ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਹੈ ਜਾਂ ਕੋਈ ਐਨ ਜੀ ਟੀ ਨੇ ਕੋਈ ਅਥੋਰਟੀ ਜਾਂ ਕੁਛ ਵੀ ਅਸਾਈਨ ਕੀਤਾ ਹੋਣਾ। ਉਹਨਾਂ ਵੱਲੋਂ ਇੱਥੇ ਵਿਜ਼ਿਟ ਕੀਤੀ, ਇੱਥੇ ਇੰਸਪੈਕਸ਼ਨ, ਕਿਉਂਕਿ 28/8/2024 ਤੋਂ ਇੱਕ ਹਫ਼ਤੇ ਪਹਿਲਾਂ ਉਹਨਾਂ ਨੇ ਰਿਪੋਰਟ ਸੈਂਟਰਲ ਪੋਲਿਊਸ਼ਨ ਕੰਟਰੋਲ ਬੋਰਡ ਨੇ ਰਿਪੋਰਟ ਦੇਣੀ ਹੈ ਇਸ ਪੁਲ ਦੇ ਰਿਗਾਰਡਿੰਗ। ਔਰ ਇਹ ਸਾਡੇ ਲਈ ਵੀ, ਇਲਾਕੇ ਲਈ ਵੀ ਵੱਡੀ ਗੱਲ ਹੈ ਕਿ ਪੰਜਾਬ ਸਰਕਾਰ ਤਾਂ ਸੁੱਤੀ ਪਈ ਹੈ, ਐਨ ਜੀ ਟੀ ਨੇ ਆਪਣੇ ਲੈਵਲ 'ਤੇ ਤਾਂ ਕੋਈ ਐਕਸ਼ਨ ਲਿਆ। ਔਰ ਮੈਂ ਤੁਹਾਨੂੰ ਸਭ ਤੋਂ ਵੱਡੀ ਗੱਲ ਇਹ ਦੱਸਣਾ ਚਾਹੁੰਦਾ ਕਿ ਜਦੋਂ ਇਸ ਪੁਲ ਨੂੰ ਰਿਪੇਅਰ ਵਾਸਤੇ ਜਿਹੜਾ ਡਿਪਾਰਟਮੈਂਟ ਵੱਲੋਂ 16 ਕਰੋੜ ਰੁਪਏ ਦਾ ਬਜਟ ਪਾਸ ਕੀਤਾ ਗਿਆ, ਵੈਸੇ ਇੱਕ ਪ੍ਰੋਵੀਜ਼ਨ ਹੈ ਕਿ ਜਦੋਂ ਸਰਕਾਰ ਨੇ 1 ਕਰੋੜ ਤੋਂ ਉੱਪਰ ਖਰਚਣਾ ਤਾਂ ਉਹ ਬਜਟ ਦੇ ਵਿੱਚ ਲੈ ਕੇ ਆਉਣਾ। ਅਫਸੋਸ ਵਾਲੀ ਗੱਲ ਹੈ ਕਿ ਸਾਡੇ ਮੰਤਰੀ ਸਾਹਿਬ ਉਸ ਟਾਈਮ ਸੁੱਤੇ ਰਹੇ ਸੀ ਜਦੋਂ ਫਰਵਰੀ ਦੇ ਵਿੱਚ ਬਜਟ ਆਇਆ। 2 ਪੁਲ ਤਾਂ ਚਲੋ ਚੀਮਾ ਸਾਹਿਬ ਨੇ ਪਾ ਦਿੱਤੇ, ਜਿਹੜਾ ਅੱਜ ਸੀਗਾ ਜਿਸ ਪੁਲ ਦੀ ਅੱਜ ਲੋੜ ਹੈ ਉਹਨੂੰ ਬਜਟ ਦੇ ਵਿੱਚ ਲਿਆਉਣਾ ਉਹ ਵਾਜਬ ਨਹੀਂ ਸਮਝਿਆ। ਫਿਰ ਇੱਕ ਚਲੋ ਡਿਸਕ੍ਰੀਸ਼ਨਰੀ ਪਾਵਰ ਹੁੰਦੀ ਸੀ ਐਮ ਦੀ ਕਿ ਜੇਕਰ ਲੋੜਵੰਦ ਹੈ ਤਾਂ ਉਹ ਪੈਸਾ 1 ਕਰੋੜ ਤੋਂ ਜੇਕਰ ਜ਼ਿਆਦਾ ਲੱਗਣਾ ਤਾਂ CM ਸਾਹਿਬ ਆਪਣੇ ਵੱਲ ਤੋਂ ਅਮਾਊਂਟ ਭੇਜ ਸਕਦੇ ਆ। ਪਰ ਫਿਰ ਵੀ ਮੈਨੂੰ ਜਿੱਥੇ ਤੱਕ ਆਪਣਾ ਸ਼ੱਕ ਹੈ 1.5 ਤੋਂ 2 ਸਾਲ ਹਜੇ ਤੱਕ ਨਹੀਂ ਬਣਦਾ। ਲੋਕਾਂ ਨੂੰ ਇਹਦੇ ਹਾਲਾਤ ਆ ਜਿਹੜੇ ਉਹ ਨਜਿੱਠਣੇ ਪੈਣੇ, ਮਾੜੇ ਹਾਲਾਤ ਹੋਣੀ ਹੈ ਸਾਡੇ ਲੋਕਾਂ ਦੇ। ਅਤੇ ਹੁਣ ਫਿਲਹਾਲ ਜਿਹੜਾ ਇੱਕ ਆਰਜ਼ੀ ਤੌਰ 'ਤੇ ਰਸਤਾ ਬਣਾਇਆ ਗਿਆ ਸੀ ਉਹਦੇ ਕੀ ਹਾਲਾਤ ਹੈ? ਫਿਲਹਾਲ ਤੁਹਾਡੇ ਸਾਹਮਣੇ ਕੈਮਰੇ ਤੁਹਾਡਾ ਪੂਰੀਆਂ ਕਰ ਰਿਹਾ ਜੀ। ਇਸ ਟਾਈਮ ਨਾ ਬੱਸ ਜਾ ਰਹੀ ਕੋਈ, ਨਾ ਕੋਈ ਗੱਡੀ ਜਾ ਰਹੀ। ਜਿਹੜੀ ਬੱਸ ਇੱਕ ਜੇਕਰ ਨੂਰਪੁਰ ਤੋਂ ਨੰਗਲ ਆ ਰਹੀ ਉਹ ਬੱਸ ਖੜ੍ਹ ਰਹੀ ਸਵਾੜੇ ਪਿੰਡ ਦੇ ਵਿੱਚ, ਜਿਹੜੀ ਨੰਗਲ ਤੋਂ ਨੂਰਪੁਰ ਵੇਦੀ ਜਾਣੀ ਉਹ ਬੱਸ ਖੜ੍ਹ ਰਹੀ ਐਲਗਰਾਂ ਦੇ ਵਿੱਚ। ਸਭ ਤੋਂ ਔਖਾ ਸਵਾਰੀਆਂ ਦਾ, ਜਿਹੜੇ ਜਿਨ੍ਹਾਂ ਕੋਲ ਆਪਣਾ ਕੋਈ ਵੀਲਰ 2-ਵੀਲਰ ਜਾਂ ਗੱਡੀ ਨਹੀਂ ਹੈ, ਸਭ ਤੋਂ ਵੱਡਾ ਔਖਾ ਉਹਨਾਂ ਨੂੰ ਇਸ ਟਾਈਮ ਮੌਜੂਦਾ ਹਾਲਾਤ ਦੇ ਵਿੱਚ ਹੋ ਗਿਆ ਹੋਇਆ, ਕਿਉਂਕਿ ਹਿਮਾਚਲ ਦੇ ਵਿੱਚ ਲਗਾਤਾਰ ਮੀਂਹ ਪੈ ਰਹੇ। ਅਤੇ ਹੁਣ ਸਰਕਾਰ ਨੇ ਵੀ ਜਿਹੜਾ ਆਰਜ਼ੀ ਰਸਤਾ ਸੀਗਾ, ਸਰਕਾਰ ਦਾ ਵੀ ਕੋਈ ਮੈਨੂੰ ਲੱਗ ਨਹੀਂ ਰਿਹਾ ਕਿ ਉਹ ਹੁਣ ਬਣਾਉਂਗੇ, ਕਿਉਂਕਿ 3 ਮਹੀਨੇ ਤਾਂ ਬਰਸਾਤ ਰਹਿਣੀ ਹੋਈ ਹੈ। ਪੈਪ ਵਗੈਰਾ ਹੜ ਗਏ ਜਿਹੜੇ ਪਾਇਓ ਸੀ? ਸਾਰਾ ਕੁਛ ਹੜ ਗਿਆ, ਵੈਸੇ ਤਾਂ ਪੈਪ ਤਾਂ ਸਾਈਡ ਪਰ ਹੈਗੇ ਆ, ਪਰ ਹੁਣ ਹਾਲਾਤ ਇਹ ਕਿ ਪਾਊਂਗਾ ਕੌਣ, ਕਿਉਂਕਿ ਹੁਣ ਇਹ ਨਹੀਂ ਪਤਾ ਹਿਮਾਚਲ 'ਚੋਂ ਜਿਹੜਾ ਪਾਣੀ ਕਦੋਂ ਆ ਜਾਣਾ। ਇਸ ਮੌਕੇ ਪਰ ਕਿਆ ਕਹਾ ਗਾਂਵ ਸਵਾੜਾ ਨਿਵਾਸੀ ਅਮਰਪਾਲ ਨੇ, ਜੇ ਵੀ ਸੁਣੇ। ਜਾਂ ਤਾਂ ਇਹ ਪੱਟਿਆ ਜਾਵੇ ਜਾਂ ਇਹਦਾ ਕੋਈ ਹੱਲ ਕਰੇ ਸਰਕਾਰ, ਨਹੀਂ ਤਾਂ ਇੱਦਾਂ ਦਾ ਇਹਦੀ ਕੋਈ ਉਹ ਨਹੀਂ ਹੈਗਾ। ਤੁਸੀਂ ਲੋਕਲ ਰਹਿੰਦੇ ਹੋ, ਕੀ ਕਾਰਨ ਮੰਨਦੇ ਹੋ ਇੱਥੇ ਜਿਹੜਾ ਪੁਲ ਦੇ ਹਾਲਾਤ ਇੱਦਾਂ ਦੇ ਕਿਉਂ ਹੋ ਗਏ ਆ, ਕੀ ਕਾਰਨ ਸੀਗੇ? ਕਾਰਨ ਇਹਦੇ ਇਹਦੇ ਪਰ ਹੁਣ ਇਹ ਬੜੀਆਂ ਗੱਡੀਆਂ ਨਾਲੇ ਹੋਇਆ ਜੀ, ਬੜੀਆਂ ਗੱਡੀਆਂ ਜਿਨ੍ਹਾਂ ਦਾ ਕੋਈ ਲਿਮਿਟਡ ਏਰੀਆ, ਮੰਨ ਲਓ ਜਿਹੜੀ ਗੱਡੀ 40 ਟਨ ਪਾਸ ਆ ਉਹ 80-85 ਟਨ ਮਾਲ ਲੈ ਕੇ ਜਾ ਰਹੀ ਹੈ ਗੱਡੀ,
ਔਰ ਡਰਾਈਵਰ ਗਿੱਲਾ ਰੇਤਾ ਭਰਦੇ ਲਿਆ ਕੇ ਪੁਲ ਪਰ 10-10 ਟਿੱਪਰ ਖੜੇ ਕਰ ਲੈਂਦੇ ਇੱਕ ਸਾਈਡ ਤੇ ਵਨ ਵੇ ਬਰਾਬਰ ਤੇ ਵੀ ਟ੍ਰੈਫਿਕ ਚੱਲਦੀ ਹੈ ਇਹਨੂੰ ਫਰਕ ਤਾਂ ਪੈਣਾ ਹੀ ਹੈ ਇੰਨਾ ਹੁਣ ਉਹ ਨਿਚੋੜਦੇ ਆ ਪਾਣੀ ਸੁੱਕਾ ਕਰਕੇ ਅੱਗੇ ਨੇ ਤੇ ਅਸੀਂ ਕਈ ਵਾਰੀ ਰੋਕਿਆ ਵੀ ਉਹਨਾਂ ਨੂੰ ਉਹ ਮੰਨਦੇ ਨਹੀਂ ਹੈ ਹੁਣ ਇੱਕ ਬੰਦਾ ਕਿਹਾ ਹੱਥੋਂ ਭਾਈ ਕਰੇ ਕਿਆ ਕੋਲ ਉਹਨਾਂ ਨਾਲ ਕਿਆ ਲੜਾ ਥੋੜੀ ਪਰੇਸ਼ਾਨੀ ਆ ਗਈ ਜੀ ਹਰ ਬੰਦਾ ਕਹਿੰਦਾ ਛੱਡੂ ਆਈ ਕਿਆ ਲੈਣਾ ਇਹ ਪੁਲ ਦੇ ਆਲੇ ਦੁਆਲੇ ਮਾਈਨਿੰਗ ਵੀ ਹੋਈ ਹੈ ਮਾਈਨਿੰਗ ਦਾ ਸਰ ਮਾਈਨਿੰਗ ਕਰਕੇ ਹੋਇਆ ਜੀ ਅਸੀਂ ਤਾਂ ਪਾਏ ਜੀ ਬੈਠੇ ਨੇ ਠੀਕੇ ਦਾ ਮਾਈਨਿੰਗ ਥੱਲੇ ਹੋਈ ਮੰਨ ਲਓ ਕਿਤੇ ਵੀ ਹੋ ਗਈ ਪੁਲ ਥੱਲੇ ਵੀ ਹੋਈ ਹੈ ਮੌਕੇ ਪਰੇ ਹੁੰਦੀ ਸੀ ਸਾਰੀ ਸਾਰੀ ਰਾਤ ਹੁੰਦੀ ਸੀ ਪ੍ਰਸ਼ਾਸਨ ਇੱਥੇ ਖੜ ਕੇ ਹੀ ਕਰਵਾਉਂਦਾ ਤਾ ਸਾਨੂੰ ਪਤਾ ਹੀ ਹੈ ਸਾਰਾ ਆਪ ਹੀ ਕਰਵਾਉਂਦੇ ਸੀ ਆਪੇ ਕਰਵਾਉਂਦੇ ਸੀ ਜੀ ਜਿਹੜਾ ਬੰਦਾ ਬੋਲਦਾ ਉਹਨੂੰ ਚੱਕ ਠਾਣੇ ਜਿਹੜਾ ਡੰਗ ਦਿੰਦੇ ਬਸ ਵੀ ਪਰਚਾ ਕਰਾ ਦੇਣਾ ਕਿਸੇ ਨਾ ਕਿਸੇ ਪਾਸੋਂ ਆਹ ਚੱਕਰ ਹੈ ਹੋਰ ਕੋਈ ਕਮਾਈਆਂ ਕੌਣ ਕਰਕੇ ਇੱਥੇ ਭੁਗਤ ਕਮਾਈਆਂ ਜਿਹਨਾਂ ਦੀਆਂ ਜ਼ਮੀਨਾਂ ਮੰਨ ਲਓ ਜਿਹਨਾਂ ਦੇ ਕਰੈਚਰ ਜਾਂ ਜਿਹਨੇ ਲੀਜ਼ਾਂ ਪਰ ਦਿੱਤੇ ਵੇ ਜਾਂ ਜੋ ਬਾਹਰ ਦੇ ਬੰਦੇ ਆ ਕੇ ਕਰੈਚਰ ਲਾਏ ਵੇ ਉਹ ਕਮਾਈ ਕਰਕੇ ਉਹੀ ਕਰਕੇ ਸਾਡਾ ਇੱਥੇ ਬੰਦਿਆਂ ਨੂੰ ਕੁਝ ਨਹੀਂ ਮਿਲਿਆ 500 ਰੁਪਏ ਦਿਹਾੜੀ ਵਿੱਚ ਜ਼ਰੂਰ ਮਿਲਦੀ ਸੀ ਸੰਤਾਪ ਕੌਣ ਭੋਗ ਰਿਹਾ ਫਿਰ ਹੁਣ ਹਾਂਜੀ ਸੰਤਾਪ ਕੌਣ ਭੋਗ ਸਾਡਾ ਏਰੀਆ ਸਾਰਾ ਪੂਰਾ ਉਹੀ ਭੋਗ ਰਿਹਾ ਕੀ ਅਪੀਲ ਕਰੋਗੇ ਜੀ ਮੰਤਰੀ ਸਾਹਿਬ ਨੂੰ ਕਦੇ ਆਏ ਉਹ ਫੁੱਲ ਬੰਦ ਹੋਣ ਤੋਂ ਬਾਅਦ ਦੇਖਣ ਵਾਸਤੇ ਨਹੀਂ ਕੋਈ ਨਹੀਂ ਆਇਆ ਇੱਥੇ ਤਕਰੀਬਨ ਸਾਡੇ ਅਸੀਂ ਤਾਂ ਕੰਮਕਾਰ ਵਾਲੇ ਬੰਦੇ ਆ ਸਾਡੇ ਤਾਂ ਕੋਈ ਆਇਆ ਨਹੀਂ ਅੱਗੇ ਪਿੱਛੇ ਕੋਈ ਆਇਆ ਹੋਵੇ ਤਾਂ ਅਸੀਂ ਕਹਿ ਵੀ ਨਹੀਂ ਸਕਦੇ ਵੈਸੇ ਅਸੀਂ ਕੋਈ ਦੇਖਿਆ ਨਹੀਂ ਅਪੀਲ ਕਰਨਾ ਚਾਹੋਗੇ ਜੀ ਮੰਤਰੀ ਸਾਹਿਬ ਨੂੰ ਭਗਵੰਤ ਮਾਨ ਨੂੰ ਜੀ ਅਪੀਲ ਇਹੀ ਹੈ ਸਾਡੀ ਵੇਈ ਦਾ ਕੋਈ ਹੱਲ ਹੋਣਾ ਚਾਹੀਦਾ ਕੋਈ ਨਾ ਕੋਈ ਦੇਖੋ ਇਹਨੂੰ ਆ ਕੇ ਬਣਦਾ ਹੈ ਤਾਂ ਬਣਾਓ ਨਹੀਂ ਹੈ ਤਾਂ ਕੋਈ ਹੋਰ ਹੱਲ ਕੱਢੋ ਇਹਦਾ ਕੁਛ ਨਾ ਕੁਛ ਹੋ ਹੀ ਜਾਂਦਾ ਅਮਰਤਪਾਲ ਅਮਰਤਪਾਲ ਜੀ ਕਿੱਥੇ ਦੇ ਰਹਿਣ ਵਾਲੇ ਹੋ ਇਸ ਪੁਲ ਦੀ ਕੀ ਪਰੇਸ਼ਾਨੀ ਹੈ ਜੀ ਕਦੋਂ ਤੋਂ ਬੰਦ ਪਿਆ ਮਾੜੀ ਜਿਹੀ ਡਿਟੇਲ ਚ ਦੱਸ ਦਿਓ ਕੀ ਕੀ ਮੁਸ਼ਕਲ ਆ ਰਹੀ ਹੈ ਤੁਹਾਨੂੰ ਮੈਂ ਪਿੰਡ ਸੁਹਾੜੇ ਤੋਂ ਆ ਜੀ ਅਮਰਤਪਾਲ ਨਾਂ ਹੈ ਮੇਰਾ ਪਰੇਸ਼ਾਨੀ ਸਾਨੂੰ ਇਹ ਹੈ ਵੀ ਆਹ ਪੁਲ ਦੇ ਸਾਡੇ ਇਹ ਨਦੀ ਦੇ ਦੋਨੋਂ ਸਾਈਡ ਸਾਡੀਆਂ ਜ਼ਮੀਨਾਂ ਜੀ ਹੁਣ ਅਸੀਂ ਮੱਕਾ ਬੀਜਣਾ ਦਾ ਐਰ ਵਗੈਰਾ ਸਾਡਾ ਟਰੈਕਟਰ ਹੈ ਨਹੀਂ ਬਾਏ ਆਨੰਦਪੁਰ ਆਈਏ ਜਾਂ ਉਧਰੋਂ ਕਿਤੋਂ ਵੀ ਜਾਣੀ ਦੇਖੀਏ ਬਾਕੀ ਜਿਹੜੇ ਬੱਚੇ ਆ ਸਾਡੇ ਇੱਧਰ ਪੜ੍ਹਦੇ ਨੰਗਲ ਵਾਲੀ ਸਾਈਡ ਉਹਨਾਂ ਨੂੰ ਸਵੇਰੇ 6 ਵਜੇ ਸਾਨੂੰ ਛੱਡਣਾ ਪੈਂਦਾ ਉਹੀ ਸਾਡਾ ਕੰਮ ਦਾ ਟਾਈਮ ਹੁੰਦਾ ਔਰ ਦੁਪਹਿਰ ਨੂੰ 1-1.5-2 ਵਜੇ ਲਿਆ ਕੇ ਵੀ ਜਾਣਾ ਇਕੱਲਾ ਬੱਚਾ ਇੱਥੇ ਨਾ ਛੱਡ ਕੇ ਖੜਾ ਸਕਦੇ ਨਾ ਜਾਂਦੀ ਵਾਰੀ ਇਹਦੀ ਵੀ ਪਰੇਸ਼ਾਨੀ ਹੈ ਇਹਦੇ ਬਾਰੇ ਇਹੀ ਹੈ ਗੱਲ ਵੀ ਜਾਂ ਤਾਂ ਇਹਨੂੰ ਬੰਦ ਕਰ ਦਿੱਤਾ ਜਾਵੇ ਜਾਂ ਫਿਰ ਸਰਕਾਰ ਪ੍ਰਸ਼ਾਸਨ ਕੁਛ ਇਹਦੇ ਬਾਰੇ ਸੋਚਿਆ ਚਾਲੂ ਕਰਿਆ ਕਿੰਨੇ ਟਾਈਮ ਤੋਂ ਬੰਦ ਪਿਆ ਜੀ ਇਹ ਹੋ ਗਿਆ ਜੀ ਟੋਟਲ 4 ਮਹੀਨੇ ਦੇ ਕਰੀਬ ਹੋ ਗਿਆ ਦਸੰਬਰ ਮਹੀਨੇ ਹਾਂ ਦਸੰਬਰ ਮਹੀਨੇ ਹਾਂਜੀ ਇੱਕ ਮਿੰਟ ਸਿਟੀ ਹਲਚਲ ਕੇ ਲਈ ਨੰਗਲ ਕੇ ਗਾਉ ਐਲਗਰਾ ਸੇ ਬਿਊਰੋ ਰਿਪੋਰਟ ਅਭੀ ਕੇ ਲਈ ਬਸ ਇਤਨਾ ਹੀ ਮੁਝੇ ਦੇ ਇਜਾਜ਼ਤ ਔਰ ਦੇਖਤੇ ਰਹੀਏ ਸਿਟੀ ਹਲਚਲ ਧੰਨਵਾਦ ਸੈਣੀ ਇਲੈਕਟ੍ਰੋਨਿਕ ਨੰਗਲ ਸ਼੍ਰੀ ਅਨੰਦਪੁਰ ਸਾਹਿਬ ਮੁਖਯ ਮਾਰਗ ਗਾਓ ਬ੍ਰਹਮਪੁਰ ਯਹਾਂ ਆਪਕੋ ਮਿਲੇਂਗੇ ਐਲਜੀ ਔਰ ਸੈਮਸੰਗ ਕੰਪਨੀ ਕੇ ਫ੍ਰਿਜ ਐਲਸੀਡੀ ਵਾਸ਼ਿੰਗ ਮਸ਼ੀਨ ਮੋਬਾਈਲ ਸਹਿਤ ਅਨਯ ਇਲੈਕਟ੍ਰੋਨਿਕ ਸਾਮਾਨ ਕੇ ਅਲਾਵਾ ਸਲੀਪ ਬੈਲ ਕੇ ਗੱਦੇ ਔਰ ਕਰੋਕਰੀ ਕਾ ਸਾਮਾਨ ਵੀ ਵਹਿ ਵੀ ਨਏ ਨਏ ਡਿਜ਼ਾਈਨੋ ਔਰ ਬਾਜ਼ਾਰ ਸੇ ਸਸਤੇ ਦਾਮ ਪਰ ਤੋ ਦੇਰ ਕਿਸ ਬਾਤ ਕੀ ਹੈ ਜਲਦ ਪਹੁੰਚੇ ਸੈਣੀ ਇਲੈਕਟ੍ਰੋਨਿਕ ਗਾਓ ਬ੍ਰਹਮਪੁਰ ਹਮਾਰਾ ਫੋਨ ਨੰਬਰ ਹੈ 9876972127 संतोषगढ़ मेहतपुर रोड जिला ऊना में खुल गया है गणपति जिम एंड गणपति इंटरप्राइजेस यहां आपको मिलेंगे फूड व प्रोटीन सप्लीमेंट वो भी बाजार से काफी कम और थोक रेट पर यहां बॉडी बिल्डर प्रतियोगिता के लिए खिलाड़ियों को तैयार भी किया जाता है
तो जल्द पहुंचे गणपति जिम एंड गणपति इंटरप्राइजेस। हमारा फोन नंबर 8523000037। चोपड़ा सिलाई मशीन एंड कॉस्मेटिक अड्डा मार्केट नंगल यहां आपको मिलेगा कॉस्मेटिक का हर वो सामान जो ब्यूटी पार्लर सैलून व महिलाओं के प्रतिदिन प्रयोग में आता है। यही नहीं, इसके अलावा सैलून की कुर्सियां, सोफा, दुल्हनों के लिए फैंसी चूड़ा, नेल आर्ट, आर्टिफिशियल ज्वेलरी, हेयर एक्सेसरी व सेंट इत्यादि बाजार से सस्ते व थोक दाम पर मिलते हैं। एक बार जरूर सेवा का मौका दें। हमारा फोन नंबर है 9815482433, दूसरा 9878888858। चोपड़ा सेविंग मशीन एंड कॉस्मेटिक्स, हमारे यहाँ पर सलून का सभी सामान मिलता है। हमारा पता, शॉप नंबर 16, अड्डा मार्केट, नंगल टाउनशिप, डिस्ट्रिक्ट रूपनगर। मोबाइल नंबर 9815482433, 9878888858। क्या आप नजर अथवा धूप से बचने वाले चश्मे लगवाने की सोच रहे हैं, वो भी ब्रांडेड और बाजार से सस्ते दामों पर? तो सोच क्या रहे हैं, जल्द पहुंचे वशिष्ठ ऑप्टिकल नंगल संतोषगढ़, मुख्य मार्ग आजौली मोड़। यहां आपकी नजर ऑटोमेटिक मशीनों से जांच करने के उपरांत आपके चेहरे के हिसाब से चश्मा लगाया जाता है, वो भी चंद मिनटों में। और हाँ, नजर चेक करने की कोई फीस भी वसूल नहीं की जाती। हमारा फोन नंबर है 9915584190, तो जरूर एक बार सेवा का मौका दें। टाटा रोड संतोषगढ़ जिला उन्ना में खुल गया है गणपति जिम एंड गणपति एंटरप्राइजेस, जहां आपको मिलेंगे फूड बो प्रोटीन सप्लीमेंट, वो भी बाजार से काफी कम और थोक रेट पर। हमारे यहां बॉडी बिल्डर प्रतियोगिता के लिए खिलाड़ियों को तैयार भी किया जाता है। तो जल्द पहुंचे गणपति जिम एंड गणपति एंटरप्राइजेस। हमारा फोन नंबर 8523000037, 9816980537, 85230037, 98169080537।